ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ ਜਿਹੜਾ ਕਿ ਆਦਮਪੁਰ ਦੇ ਕੋਲ ਜੀ, ਅਤੇ ਇੱਥੇ ਮੈਂ ਰੈਡਿੰਗ ਰਹਿੰਦਾ, ਰਿਟਾਇਰਡ ਲੈਕਚਰਰ ਇਨ ਮੈਟਲਰਜੀ, ਅਤੇ ਮੈਂ ਸਿੱਖੀ ਅਤੇ ਕ੍ਰਿਸਚੈਨਿਟੀ ਅਤੇ ਰੀਅਲ ਇਸਲਾਮ ਦਾ ਪ੍ਰਚਾਰ ਕਰਦਾ ਹੈਗਾ। ਇਹ ਜਿਹੜਾ ਇਲਮ ਹੈਗਾ ਮੇਰੇ ਫਾਦਰ ਹੋਰਾਂ ਨੇ ਰਿਸਰਚ ਕਰਕੇ ਲੱਭਿਆ ਸੀ, ਅਤੇ ਉਹ ਵੀ BSc ਸੀਗੇ, ਉਸ ਦਾ ਮੈਂ ਅੱਗੇ ਵਾਧਾ ਕਰ ਰਿਹਾ ਹੈਗਾ। ਇੱਥੇ ਹੁਣ ਪੇਸ਼ ਕਰਦਾ ਮੈਂ ਪੰਜ ਕਕਾਰ ਅਤੇ ਇਹਨਾਂ ਦਾ ਕੀ ਸੰਬੰਧ ਹੈਗਾ ਕਾਮ ਕ੍ਰੋਧ ਲੋਭ ਹੰਕਾਰ ਨਾਲ। ਅਤੇ ਕਿਉਂਕਿ ਖਾਲਸੇ ਨੇ ਆਪਣਾ ਮਨ ਪੰਜਾਂ ਚੋਰਾਂ ਤੁਰਕੂਆਂ ਤੋਂ ਰਹਿਤ ਰੱਖਣਾ ਹੈ, ਇਸ ਲਈ ਇਹਨਾਂ ਉੱਤੇ ਕਾਬੂ ਰਹਿਣ ਲਈ ਪੰਜ ਕਕਾਰ ਇਹਨਾਂ ਤੁਰਕੂਆਂ ਦੀ ਦਰੁਸਤੀ ਸੰਬੰਧੀ ਦਿੱਤੇ। ਕੰਘਾ, ਜਿਵੇਂ ਘੋੜੇ ਦੇ ਸ਼ੌਕੀਨ ਇੱਕ ਖੂਬਸੂਰਤ ਘੋੜੇ ਨੂੰ ਕੰਘਾ ਫੇਰ ਕੇ ਖੁਸ਼ ਹੁੰਦੇ ਹਨ, ਇਵੇਂ ਹੀ ਖਾਲਸੇ ਵੀ ਆਪਣੇ ਤੰਦਰੁਸਤ ਜਤੀ ਸਰੀਰਾਂ ਉੱਤੇ ਕੰਘੇ ਫੇਰ ਕੇ ਖੁਸ਼ੀ ਪ੍ਰਾਪਤ ਕਰਦੇ ਹਨ। ਜਿੱਦਾਂ ਘੋੜੇ ਨੂੰ ਕੰਘਾ ਕਰੀਏ ਤਾਂ ਘੋੜਾ ਬੜਾ ਖੁਸ਼ ਹੁੰਦਾ ਹੈਗਾ, ਅਤੇ ਨਾਲ ਉਹ ਮਾਲਕ ਵੀ ਖੁਸ਼ ਹੁੰਦਾ ਵੀ ਦੇਖ ਕੇ ਖੂਬਸੂਰਤ ਘੋੜੇ ਨੂੰ। ਇਸ ਤਰ੍ਹਾਂ ਹੀ ਆਪਾਂ ਸਰੀਰ 'ਤੇ ਜਦੋਂ ਕਰੀਏ ਕੰਘਾ ਫੇਰੀਏ ਤਾਂ ਸਰੀਰ ਵੀ ਬੜਾ ਖੁਸ਼ ਹੁੰਦਾ ਵੀ ਕੰਘਾ ਮੇਰੇ 'ਤੇ ਫੇਰ ਰਿਹਾ ਹੈਗਾ। ਅਤੇ ਹੁਣ ਜਿਹੜਾ ਆਦਮੀ ਕਾਮੀ ਜਾਂ ਲੁੱਚਾ ਬਦਮਾਸ਼ ਹੋਵੇ ਉਸਨੂੰ ਕੋਈ ਨਾ ਕੋਈ ਬਿਮਾਰੀ ਵੀ ਲੱਗ ਜਾ ਸਕਦੀ ਹੈ, ਇਸ ਲਈ ਖਾਲਸੇ ਗ੍ਰਿਸ਼ਤੀ ਨਹੀਂ ਹੁੰਦੇ, ਅਤੇ ਉਹ ਆਪਣੇ ਘਰ ਬਾਰ ਛੱਡਣ ਦੇ ਬਾਅਦ ਕਿਸੇ ਔਰਤ ਨਾਲ ਕਾਮ ਨਹੀਂ ਕਰਦੇ। ਜਿੱਦਾਂ ਕਿ ਦੱਸਿਆ ਸੀ ਕਿ ਜਿਹੜੇ ਪੰਜ ਆਏ ਸੀ ਉਹਨਾਂ ਦੇ ਸ਼ਰੇ ਆਮ ਸਿਰ ਕੱਟੇ ਸੀਗੇ, ਅਤੇ ਇਸ ਕਰਕੇ ਜਦੋਂ ਸਿਰ ਕੱਟਿਆ ਜਾਂ ਜਾਂ ਆਦਮੀ ਮਰ ਜਾਏ ਉਦੋਂ ਜਿਹੜਾ ਦੁਨਿਆਵੀ ਸੰਬੰਧ ਆਦਮੀ ਦਾ ਹੁੰਦਾ ਉਹ ਟੁੱਟ ਜਾਂਦਾ ਹੈਗਾ। ਇਸ ਕਰਕੇ ਜਿਹੜਾ ਖਾਲਸਾ ਹੁੰਦਾ ਉਹ ਕਿਸੇ ਵੀ ਦੁਨਿਆਵੀ ਧੰਦੇ 'ਚ ਨਹੀਂ ਪੈਂਦਾ, ਨਾ ਪੋਲੀਟਿਕਸ 'ਚ ਪੈਂਦਾ ਅਤੇ ਨਾ ਹੀ ਉਹ ਕਿਸੇ ਹੋਰ ਕਿਸੇ ਦੁਨਿਆਵੀ ਧੰਦੇ, ਸ਼ਾਦੀ ਹੋਇਆ, ਬਾਲ ਬੱਚਿਆਂ ਦਾ ਸੰਬੰਧ ਹੋਇਆ ਜਾਂ ਜ਼ਮੀਨ ਦਾ ਹੋਇਆ, ਕੁਛ ਨਹੀਂ ਕਿਸੇ 'ਚ ਨਹੀਂ ਪੈਂਦਾ। ਜਿਹੜਾ ਇਹਨਾਂ 'ਚ ਪਵੇ ਉਹ ਤੱਤ ਖਾਲਸਾ ਨਹੀਂ, ਉਹ ਹੈਗਾ ਮਲੇਸ਼ ਖਾਲਸਾ, ਜਿਹਨੂੰ ਕਿ ਅੱਗੇ ਜਾ ਕੇ ਦੱਸਿਆ ਉਹ ਖੋਤੇ ਹੁੰਦੇ ਨੇ, ਖੋਤੇ ਖਾਲਸੇ, ਉਹ ਥਾਂ ਥਾਂ ਆਪਣੇ ਜੁੱਤੀਆਂ ਖਾਂਦੇ ਨੇ। ਇਸ ਲਈ ਕੰਘਾ ਫੇਰ ਕੇ ਜਤੀ ਖਾਲਸੇ ਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ, ਅਤੇ ਇਸ ਦਾ ਸੰਬੰਧ ਕਾਮ ਜਾਂ ਸਰੀਰ ਨਾਲ ਹੈ। ਕੱਛਾ, ਕੱਛਾ ਜਤੀ ਲੋਕ ਪਾਉਂਦੇ ਹਨ, ਅਤੇ ਜਤੀ ਬਣਨ ਲਈ ਤੀਸਰੇ ਸਰੀਰ ਦੇ ਬ੍ਰਾਹਮਣ ਗੁਰੂ ਦੀ ਸਿੱਖਿਆ ਵੀ ਬਹੁਤ ਕੰਮ ਆਉਂਦੀ ਹੈ। ਤਿੰਨ ਸਰੀਰ ਦੇ ਹੁੰਦੇ ਨੇ, ਗੁਰੂ, ਮਾਤਾ, ਪਿਤਾ ਅਤੇ ਬ੍ਰਾਹਮਣ। ਇਹ ਗੁਰੂ ਹੈਗੇ ਜਿਹੜੇ ਜਾਂ ਯੂਨੀਵਰਸਿਟੀ ਪ੍ਰੋਫੈਸਰ ਹੈਗੇ, ਉਹ ਵੀ ਸਰੀਰਕ ਜਾਂ ਮਟੀਰੀਅਲ ਜਿਹੜੀ ਹੈਗੀ ਨਾ, ਜੋ ਚੀਜ਼ ਨਜ਼ਰ ਸਥੂਲ ਰੂਪੀ ਸਿੱਖਿਆ ਦਿੰਦੇ ਨੇ, ਅਤੇ ਉਹ ਵੀ ਗੁਰੂ ਹੈਗੇ ਨੇ। ਅਤੇ ਜਿਹੜਾ ਹੋਵੇ ਸੂਖਸ਼ਮ ਰੂਪ ਮਨ ਨੂੰ ਦੇਵੇ ਸਿੱਖਿਆ ਉਹਨੂੰ ਕਹੀਦਾ ਸਤਿਗੁਰੂ। ਸਤਿਗੁਰੂ ਬ੍ਰਾਹਮਣ ਗੁਰੂ ਤੋਂ ਵੱਡਾ ਹੁੰਦਾ, ਅਤੇ ਇਸ ਕਰਕੇ ਸਤਿਗੁਰੂ ਨਾਨਕ ਜੇ ਦੇਵ ਜੀ ਜੇ ਆਪਾਂ ਗੁਰੂ ਨਾਨਕ ਕਹੀਏ ਤਾਂ ਉਹਨਾਂ ਦੀ ਬੇਅਦਬੀ ਕਰਨਾ ਹੈਗਾ, ਉਹਨੂੰ ਬ੍ਰਾਹਮਣ ਗੁਰੂ ਦੇ ਬਰਾਬਰ ਲਿਆਉਣਾ ਹੈਗਾ। ਅਤੇ ਜਿਸ ਆਦਮੀ ਨੂੰ ਇਹ ਨਹੀਂ ਪਤਾ ਕਿ ਨਾਨਕ ਦੇਵ ਜੀ ਸਤਿਗੁਰੂ ਸਨ, ਬ੍ਰਾਹਮਣ ਗੁਰੂ ਨਹੀਂ ਸਨ, ਉਹਨੂੰ ਅੱਗੇ ਕੀ ਪਤਾ ਲੱਗਣਾ। ਅੱਗੇ ਹੁਣ ਜਾ ਕੇ ਦੱਸਾਂਗਾ ਕਿਵੇਂ ਇਹ ਸਿੱਖਿਆ ਜਿਹੜੀ ਹੈਗੀ ਕਿੰਨੀ ਕੁ ਲੋਕਾਂ ਨੂੰ ਹੈਗੀ। ਬਹੁਤ ਬ੍ਰਾਹਮਣ ਗੁਰੂ ਦੀ ਸਿੱਖਿਆ ਬਹੁਤ ਕੰਮ ਆਉਂਦੀ ਹੈ ਚੰਗਾ ਸਰੀਰ ਬਣਾਉਣ ਲਈ। ਉਹਦੀ ਸਿੱਖਿਆ ਕਰੋ, ਉਹ ਤੁਹਾਨੂੰ ਦੱਸਦਾ ਵੀ ਕੀ ਖਾਣਾ, ਕੀ ਪੀਣਾ, ਕਿੱਦਾਂ ਰਹਿਣਾ ਹੈਗਾ। ਇਹ ਸਰੀਰ ਹਰਿਮੰਦਰ ਹੋਣ ਕਰਕੇ ਦੂਜੇ ਸਤਿਗੁਰੂ ਅੰਗਦ ਦੇਵ ਜੀ ਨੇ ਵੀ ਸਿੱਖਾਂ ਨੂੰ ਕੁਸ਼ਤੀਆਂ ਕਰਾ ਕੇ ਉਹਨਾਂ ਨੂੰ ਜਤੀ ਅਤੇ ਸਤੀ ਬਣਨ ਲਈ ਪ੍ਰੇਰਿਆ ਸੀ। ਜਿਹੜੇ ਉਹਨਾਂ ਸਤਿਗੁਰੂ ਅੰਗਦ ਦੇਵ ਜੀ ਦੇ ਨਾਲ ਸੀਗੇ ਸਿੱਖ, ਉਹਨਾਂ ਨੂੰ ਕਹਿੰਦੇ ਸੀ ਕੁਸ਼ਤੀਆਂ ਕਰੋ ਅਤੇ ਆਪਣਾ ਸਰੀਰ ਬਣਾਓ ਅਤੇ ਜਤੀ ਸਤੀ ਬਣੋ। ਤੇਰੇ ਪੂਜਨ ਕੋ ਭਗਵਾਨ ਬਣਾਵਣ ਮਨ ਮੰਦਰ। ਮਨ ਮੰਦਰ ਹੈਗਾ ਜਿਹੜਾ ਮਨ ਦਾ ਮੰਦਰ, ਹਰ ਇਹ ਸਰੀਰ ਹੈਗਾ ਇਹ ਹਰਿਮੰਦਰ। ਆਲੀਸ਼ਾਨ, ਸਰੀਰ ਦੀ ਹੋਮੇ ਵੀ ਮਾਰਨੀ ਚਾਹੀਦੀ ਹੈ, ਨਹੀਂ ਤਾਂ ਆਦਮੀ ਨੂੰ ਸੁਰਤੀ ਨਾ ਆਉਣ ਕਰਕੇ ਉਹ ਅਕਾਲ ਪੁਰਖ ਬਾਰੇ ਕੁਝ ਵੀ ਨਹੀਂ ਸਿੱਖ ਸਕਦਾ, ਅਤੇ ਮੂਰਖ ਆਦਮੀ ਕ੍ਰੋਧੀ ਅਤੇ ਗੁੱਸੇ ਹੋਰ ਲੜਾਕਾ ਹੀ ਰਹਿ ਜਾਂਦਾ ਹੈ, ਉਹ ਪਸ਼ੂਆਂ ਦਾ ਪਸ਼ੂ ਹੀ ਰਹਿ ਜਾਂਦਾ ਹੈਗਾ।
ਉਹਦੇ ਕੁਛ ਸਿੱਖਿਆ ਨਹੀਂ ਹੈਗਾ। ਇਸ ਲਈ ਕੱਛੇ ਜਤੀ ਪਾਉਂਦੇ ਹਨ ਅਤੇ ਇਸ ਦਾ ਸੰਬੰਧ ਕ੍ਰੋਧ ਜਾਂ ਹੋਮੇ ਨਾਲ ਹੈ। ਯਾਦ ਰੱਖੋ ਕਿ ਜਤੀ ਲੋਕ ਆਮ ਤੌਰ 'ਤੇ ਠੰਡੇ ਸੁਭਾਅ ਦੇ ਹੁੰਦੇ ਹਨ, ਨਾ ਕਿ ਕ੍ਰੋਧੀ। ਇਸ ਕਰਕੇ ਜਿਹੜੇ ਗੁਰਦੁਆਰੇ ਹੈਗੇ ਨੇ ਅਤੇ ਇਹਨਾਂ ਨੂੰ ਚਾਹੀਦਾ ਹੈਗਾ ਕਿ ਛੋਟੇ ਛੋਟੇ ਜਿੰਮ ਨਾਲ ਬਣਾਉਣੇ ਚਾਹੀਦੇ ਹੈਗੇ, ਤਾਂ ਕਿ ਲੋਕ ਉੱਥੇ ਸੰਗਤਾਂ ਆਉਣ ਜਾਂ ਉਹਨਾਂ ਦੇ ਮੁੰਡੇ ਆਉਣ ਅਤੇ ਉੱਥੇ ਜਾ ਕੇ ਉਹ ਵਰਜਿਸ਼ ਕਰਨ। ਵਰਜਿਸ਼ ਨਾਲ ਇੱਕ ਦੂਜੇ ਨਾਲ ਉਹਨਾਂ ਦਾ ਪਿਆਰ ਵੱਧਦਾ ਹੈਗਾ ਅਤੇ ਜਿੱਦਾਂ ਹੀ ਉਹ ਹੁੰਦੇ ਤੰਦਰੁਸਤ ਹੁੰਦੇ ਨੇ ਉਨਾ ਹੀ ਉਹ ਇੱਕ ਦੂਜੇ ਦੀ ਕਦਰ ਕਰਦੇ ਨੇ। ਬਾਕੀ ਜਿਹੜਾ ਹੈਗਾ ਜਾਤਾਂ ਜਿਹੜੀਆਂ ਨੇ ਇਹ ਪਛਾਣ ਲਈ ਹੈਗੀਆਂ ਨੇ। ਜਦੋਂ ਇਨਸਾਨ ਜਨਮ ਲੈਂਦਾ ਹੈਗਾ ਆਪਣੀ ਮਰਜ਼ੀ ਨਾਲ ਨਹੀਂ ਲੈਂਦਾ, ਅਕਾਲ ਪੁਰਖ ਦਿੰਦਾ ਹੈਗਾ। ਜਿਸ ਕਰ ਦਿੱਤਾ ਹੈਗਾ, ਜੇ ਉਸ ਪਿਓ ਦਾ ਨਹੀਂ ਬਣਦਾ ਤਾਂ ਅਕਾਲ ਪੁਰਖ ਦਾ ਕਿਵੇਂ ਬਣ ਜਾਏਗਾ। ਕਿਰਪਾਨ, ਹੁਣ ਸੁਰਤੀ ਵਾਲੇ ਆਦਮੀ ਦਾ ਮਨ ਜਾਗਿਆ ਹੁੰਦਾ ਹੈ ਅਤੇ ਉਹ ਪਹਿਲਾਂ ਚੁਸਤੀਆਂ ਅਤੇ ਚਲਾਕੀਆਂ ਨਾਲ ਭੋਲੇ ਪਾਲੇ ਆਦਮੀਆਂ ਨੂੰ ਠੱਗਣ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਮਨ ਦੇ ਚੇਲੇ ਨੂੰ ਤੁਰਕੋ ਵੀ ਆਖੀਦਾ ਹੈ। ਭਗਤ ਕਬੀਰ ਜੀ ਨੇ ਜਾਗੇ ਮਨ ਬਾਰੇ ਕਿਹਾ ਹੈ, ਮਨ ਜਦੋਂ ਜਾਗਦਾ ਹੈ ਅਕਾਲ ਪੁਰਖ ਦੀ ਮਿਹਰ ਨਾਲ ਜਾਗਦਾ ਹੈਗਾ। ਕਬੀਰ, ਮਨ ਤੋਂ ਏਕ ਹੈ ਚਾਹੇ ਜਹਾਂ ਲਗਾਏ, ਕਹਿ ਸੇਵਾ ਕਰ ਸਾਧਕੀ ਕਹਿ ਵਿਸ਼ੇ ਕਮਾਏ। ਹੁਣ ਮਨਮੁੱਖ ਪ੍ਰਿਥੀ ਚੰਦ ਨੇ ਮਨ ਮਾਇਆ ਇਕੱਠੀ ਕਰਨ ਵਿੱਚ ਲਾ ਦਿੱਤਾ ਸੀ ਅਤੇ ਸਤਿਗੁਰੂ ਅਰਜਨ ਦੇਵ ਜੀ ਨੇ ਰਾਮ ਦੇ ਨਾਮ ਜਪਣ ਵਿੱਚ ਲਾਇਆ ਹੋਇਆ ਸੀ। ਜਿੰਨਾ ਬੇਸ਼ਰਮ ਪ੍ਰਿਥੀ ਚੰਦ ਸੀ ਉਸ ਉਹ ਤਾਂ ਦੱਸਣ ਦੀ ਕੋਈ ਲੋੜ ਹੀ ਨਹੀਂ। ਇਸ ਕਰਕੇ ਇਸ ਤਰ੍ਹਾਂ ਦੇ ਲੋਕ ਲਾਤੋਂ ਕੇ ਭੂਤ ਬਾਤੋਂ ਸੇ ਨਾ ਮਾਨਣ ਕਰਕੇ ਇਹਨਾਂ ਦਾ ਇੱਕੋ ਹੀ ਇਲਾਜ ਰਹਿ ਜਾਂਦਾ ਹੈ ਅਤੇ ਉਹ ਹੈ ਕਿਰਪਾਨ। ਇਸ ਲਈ ਮਨਮੁੱਖ ਲੋਭੀਆਂ ਲਈ ਕਿਰਪਾਨ ਦਾ ਕਿਰਪਾਨ ਹੀ ਦਾਰੂ ਹੈ। ਯਾਦ ਰੱਖੋ ਕਿ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੇ ਲੋਭੀ ਮਹੰਤ ਉੱਬਲਦੇ ਤੇਲ ਵਿੱਚ ਤਲੇ ਸਨ ਅਤੇ ਇਹ ਸੋਢੀ ਖੱਤਰੀ ਜਿਹੜੇ ਕਿ ਇੱਕ ਮਹਾਂਮੂਰਖ ਅਕੀਜਾ ਹੁੰਦਾ ਜਿਹਨੂੰ ਸੁਰਤੀ ਨਾ ਹੋਵੇ, ਮੂਰਖ, ਅਤੇ ਇੱਕ ਅੱਖੋਂ ਵੀ ਅੰਨੇ ਰਾਜੇ ਰਣਜੀਤ ਸੰਧੂ ਜੱਟ ਵੇਲੇ ਹਰਿਮੰਦਰ ਸਾਹਿਬ ਉੱਤੇ ਕਾਬਜ਼ ਸਨ। ਉਹਨਾਂ ਸਾੜੇ ਗਏ ਲੋਭੀ ਮਹੰਤਾਂ ਤੋਂ ਵੀ ਕਿਤੇ ਟੱਪੇ ਹੋਏ ਸਨ ਕਿ ਉਹਨਾਂ ਨੇ ਹਰਿਮੰਦਰ ਸਾਹਿਬ ਉੱਤੇ ਸੋਨਾ ਲਗਵਾ ਕੇ ਨਾ ਇਸ ਨੂੰ ਜਗਨਨਾਥ ਦੇ ਮੰਦਰ ਵਾਂਗ ਹਰੀ ਮੰਦਰ ਹੀ ਬਣਵਾ ਦਿੱਤਾ ਬਲਕਿ ਇੱਕ ਚੋਰਾਂ ਅਤੇ ਠੱਗਾਂ ਦਾ ਘਰ ਵੀ ਬਣਾ ਦਿੱਤਾ। ਇੱਥੇ ਦਾ ਇੱਕ ਰਾਗੀ ਭਾਈ ਮਨਸਾ ਜੀ ਉਸ ਵੇਲੇ ਦੁਬਧਾ ਤੋਂ ਰਹਿਤ ਸੀ ਅਤੇ ਚੜ੍ਹਾਵੇ ਦੀ ਮਾਇਆ ਗਰੀਬਾਂ ਵਿੱਚ ਵੰਡ ਦਿੰਦੇ ਸੀ। ਭਾਵ ਕਿ ਲੋਭੀ ਸੰਤ ਮਹੰਤ ਗ੍ਰੰਥੀ ਆਦਿ ਤਾਂ ਸਾੜਨੇ ਹੀ ਚਾਹੀਦੇ ਹਨ, ਜਿਵੇਂ ਹਰ ਜਾਂ ਹਰਿਮੰਦਰ ਅਤੇ ਸੋਨੇ ਦਾ ਮੇਲ ਨਹੀਂ, ਇਵੇਂ ਹੀ ਸੰਤ ਜਾਂ ਖਾਲਸੇ ਦਾ ਮਾਇਆ ਨਾਲ ਮੇਲ ਨਹੀਂ ਹੁੰਦਾ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਜਦੋਂ ਵੀ ਕਿਸੇ ਨਾਲ ਮੁਕਾਬਲਾ ਕਰਦੇ ਸਨ ਤਾਂ ਪਹਿਲੇ ਦੋ ਵਾਰ ਉਸ ਨੂੰ ਕਰਨ ਦਿੰਦੇ ਸਨ। ਪਹਿਲਾ ਵਾਰ ਮੂਰਖਤਾਈ 'ਚ ਹੁੰਦਾ ਸੀ ਅਤੇ ਦੂਜਾ ਹੁੰਦਾ ਸੀ ਜਾਣ ਬੁੱਝ ਕੇ, ਅਤੇ ਤੀਜਾ ਫਿਰ ਆਪ ਕਰ ਦਿੰਦੇ ਨੇ ਇਨਸਾਫ ਦਾ। ਪਹਿਲਾ ਵਾਰ ਮੂਰਖਤਾਈ ਵਿੱਚ ਸਮਝਿਆ ਜਾਂਦਾ ਸੀ ਅਤੇ ਉਹਨੂੰ ਮਾਫ ਵੀ ਕਰ ਦਿੰਦੇ ਸੀ ਪਹਿਲੇ ਨੂੰ, ਅਤੇ ਦੂਜਾ ਵਾਰ ਸੁਰਤੀ ਵਾਲਾ ਸੁਰਤੀ ਵਿੱਚ ਹੋਣ ਕਰਕੇ ਤੀਜਾ ਵਾਰ ਫਿਰ ਆਪ ਕਰਦੇ ਸਨ ਅਤੇ ਉਹ ਇਨਸਾਫ ਦਾ ਹੁੰਦਾ ਸੀ। ਇਸ ਲਈ ਲੜਾਈ ਦਾ ਸ਼ਸਤਰ ਕਿਰਪਾਨ ਸੱਤ ਦੀ ਆਨ ਰੱਖਣ ਲਈ ਲੋਭ ਸੰਬੰਧੀ ਹੈ, ਅਤੇ ਇਹ ਜਿਹੜਾ ਕਿਰਪਾਨ ਹੈਗੀ ਲੋਭੀ ਦੇ ਸੰਬੰਧੀ, ਇਹਦਾ ਇਲਾਜ ਜਿਹੜਾ ਲੋਭੀ ਕਿਰਪਾਨ ਬਿਨਾਂ ਨਹੀਂ ਇਹਦਾ ਸੂਤ ਆਉਂਦਾ, ਅਤੇ ਦੂਆ ਉਹਨੇ ਠੱਗਣਾ ਹੈਗਾ ਲੋਕਾਂ ਨੂੰ ਅਤੇ ਉਹ ਫਿਰ ਠੱਗੀ ਤੋਂ ਬਚਾਉਣ ਲਈ ਉਹਨਾਂ ਨੂੰ ਇੱਕੋ ਹੀ ਇਲਾਜ ਹੈਗਾ ਕਿ ਲੋਭੀ ਨੂੰ ਫਿਰ ਤੁਸੀਂ ਕਿਰਪਾਨ ਨਾਲ ਹੀ ਸੋਧੋ। ਅਤੇ ਬਾਕੀ ਹੁਣ ਤੀਸਰਾ ਬਾਕੀ ਦੇ ਜਿਹੜੇ ਨੇ ਉਹ ਅੱਗੇ ਦੋ ਦੱਸੇ ਜਾਣਗੇ ਦੂਸਰੇ ਵੀਡੀਓ 'ਚ। ਅਤੇ ਇਹ ਮੇਰਾ ਜਿਹੜਾ ਕੈਮਰਾ ਹੈਗਾ ਇੰਨਾ ਠੀਕ ਨਹੀਂ ਹੈਗਾ ਅਤੇ ਕਦੀ ਉੱਪਰ ਕਦੀ ਥੱਲੇ,